ਮਾਤਾ ਚਿੰਤਪੁਰਨੀ ਮੰਦਿਰ ਗੜ੍ਹਾ ਵਿਖੇ 92ਵੀਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਅੱਜ ਮੈਨੂੰ ਮੰਦਿਰ ਵਿੱਚ ਆਉਣ ਦਾ ਸਬੱਬ ਮਿਲਿਆ। ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਭਗਤ ਜੀ, ਟਿੰਕੂ ਭਗਤ ਜੀ ਅਤੇ ਮੇਰੇ ਨਾਲ ਸਾਥੀ ਮੇਘ, ਦਰਸ਼ਨ ਲਾਲ ਜੋਗਰਾ ਜੀ, ਵਿਜੇ ਬਿੰਦੂ ਜੀ, ਬਲਵੀਰ ਗੋਰੀਆ ਜੀ, ਅੱਜ ਬੜਾ ਹੀ ਆਨੰਦ ਆਇਆ ਕਿ ਕੋਮਲ ਭਗਤ ਜੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਮਾਜ ਸੇਵੀ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਬੜੀ ਖੁਸ਼ੀ ਹੋਈ ਕਿ ਆਪਣੇ ਸਮਾਜ ਨੂੰ ਇੱਕਜੁੱਟ ਕਰਨ ਲਈ ਉਹ ਪਿਛਲੇ 50 ਵਰ੍ਹਿਆਂ ਤੋਂ ਕੰਮ ਕਰ ਰਹੇ ਨੇ। ਉਹਨਾਂ ਨੇ 42 ਵਰ੍ਹੇ ਪਹਿਲਾਂ ਚਿੰਤਪੁਰਨੀ ਮੰਦਿਰ ਗੜ੍ਹੇ ਵਿਖੇ ਮੂਰਤੀ ਸਥਾਪਨ ਕੀਤੀ ਸੀ। ਅੱਜ ਉਸਦਾ 42ਵਾਂ ਮੂਰਤੀ ਸਥਾਪਨ ਦਿਵਸ ਹੈ, ਜਿਸ ਵਿੱਚ ਆ ਕੇ ਅੱਜ ਮੈਨੂੰ ਬੜੀ ਹੀ ਮਨ ਨੂੰ ਸ਼ਾਂਤੀ ਮਿਲੀ। ਜੈ ਮਾਤਾ ਦੀ, ਜੈ ਮਾਤਾ। ਤੁਸੀਂ ਖੜੇ ਹੋ ਜਾਓ ਨਾਲ।